बहुत ज्यादा प्रीणा नाल प्यार करते हैं। कभी सरकार नूं कोले सवा के दे देने, कभी जोड़ा लेके दे देना, कभी न्याजा मटनिया शुरू कर देनी, कभी गरीबां दे धीआं दे विआह करने शुरू कर देने। एक दिन वो औरत और खुद दुखां दे विच वड़ गई। साईं जी एक पति सी औरत दा उमर गया, इको एक बच्चा सी वो भी बीमार पै गया, जिहड़ा घर सी वो भी विक गया, ते त्रै धक्के खाधे चले गए। औरत ना सरकार नूं याद कर करके रो रही है। अपने खुदा नूं करीब, अपने बापा, अपने यार, अपने खसम नूं याद करके रो रही है, ते बच्चे नूं अपनी गोदी दे विच पाया। कल्ली गल्लां करे खसमां दस दा सही, मेरा गुनाह की है? गुनाह दा दस, फिर सजा दई मैनूं। उस औरत का दुख सुन के ना कौंसले आजम शाहे जलानी दुबियां बेलियां तारन वाली सच्ची सरकार कार अर्शां दे विच उतर के ना वो औरत दे सामने आके बैठ गई। कहदे तू क्यों रो रही है? ते औरत कहदी रोवां ना ते की हसां? एक मेरा पति सी वो भी मर गया, इको एक मेरा बच्चा सी वो भी बीमार पिया, ते जिहड़ा घर सी वो भी विक गया, मैं त्रै धक्के खांदी फिरदी। ਉਹ ਮੇਰਾ ਗੁਨਾਹ ਦਾ ਦੱਸ ਦੱਸ ਐਨੇ ਮੈਂ ਚਿਰਾਗ ਜਗਾਉਂਦੀ ਰਹੀ ਹਾਂ, ਐਨੇ ਮੈਂ ਝਾੜੂ ਪੋਚੇ ਕਰਦੀ ਰਹੀ ਹਾਂ, ਐਨੇ ਗਰੀਬਾਂ ਦੇ ਧੀਆਂ ਦੇ ਵਿਆਹ ਕੀਤੇ, ਐਨੀਆਂ ਨਿਆਜ਼ਾਂ ਦਿੱਤੀਆਂ, ਉਹ ਮੈਂ ਮਾੜਾ ਕਰਮ ਕਿੱਥੇ ਕੀਤਾ? ਮੈਨੂੰ ਦੁੱਖਾਂ ਦੇ ਵਿੱਚ ਕਿਉਂ ਵਾੜਦਾ ਹੈ? ਸਰਕਾਰ ਕੌਂਸਲੇ ਅੱਜ ਸ਼ਾਹੀ ਜਲਾਨੀ ਨੇ ਫਰਮਾਨ ਬੁਲਾ ਕੇ ਕੀਤਾ, ਕਹਿੰਦਾ ਜਿਹੜੀਆਂ ਤੂੰ ਨਿਆਜ਼ਾਂ ਦਿੱਤੀਆਂ, ਜਿਹੜੇ ਤੂੰ ਚਿਰਾਗ ਜਗਾਏ, ਜਿਹੜੇ ਤੂੰ ਝਾੜੂ ਪੋਚੇ ਕੀਤੇ, ਜਿਹੜੇ ਤੂੰ ਗਰੀਬਾਂ ਦੇ ਧੀਆਂ ਦੇ ਵਿਆਹ ਕੀਤੇ, ਉਹ ਤੇ ਤੇਰੇ ਹਜੇ ਖਾਤੇ ਚ ਮਨਜ਼ੂਰ ਹੀ ਨਹੀਂ ਹੋਏ ਸਾਡੇ। ਕਹਿੰਦੀ ਉਹ ਕਿਉਂ ਕਿਉਂ ਨਹੀਂ ਖਾਤੇ ਚ ਮਨਜ਼ੂਰ ਹੋਏ? ਸਰਕਾਰ ਕੌਂਸਲੇ ਅਜਮ ਸ਼ਾਹੇ ਜਲਾਨੀ ਕਹਿੰਦੇ ਪੁੱਤਰ ਤੂੰ ਹਜੇ ਮੁਰਸ਼ਦ ਵਾੜੀ ਨਹੀਂ ਹੈ, ਤੂੰ ਗੁਰੂ ਵਾੜੀ ਨਹੀਂ ਹੈ। ਸਿਆਣੇ ਬਜ਼ੁਰਗ ਅੱਜ ਤੋਂ 5-10 ਸਾਲ ਪਿੱਛੇ ਕਹਿੰਦੇ ਸੀ ਆਪਣੇ ਘਰ ਦੇ ਵਿੱਚ ਅਕਸਰ ਹੀ ਗੱਲ ਕਿ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਮੰਦ। ਕਹਿੰਦੇ ਕਿ ਗੁਰੂ ਲੱਭ, ਕੋਈ ਮੁਰਸ਼ਦ ਲੱਭ, ਕਾਮਲ ਗੁਰੂ ਲੱਭ, ਫਿਰ ਤੇਰੀ ਜ਼ਿੰਦਗੀ ਨੂੰ ਭਾਗ ਲੱਗਣਾ ਹੀ। ਕੋਈ ਤੇਰੀ ਨਿਆਜ਼ ਮਨਜ਼ੂਰ ਨਹੀਂ ਹੋਈ, ਕੋਈ ਤੇਰੇ ਚਿਰਾਗ ਨਹੀਂ ਮਨਜ਼ੂਰ ਹੋਏ, ਜਿਹੜੀਆਂ ਤੂੰ ਮਦਦਾਂ ਕੀਤੀਆਂ ਗਰੀਬਾਂ ਦੀਆਂ, ਕੋਈ ਮਨਜ਼ੂਰ ਨਹੀਂ ਖਾਤੇ ਚ ਹੋਏ। ਔਰਤ ਕਹਿੰਦੀ ਸਰਕਾਰ ਮੇਰੀ ਜਿਹੜੀ ਤੁਹਾਡੇ ਨਾਲ ਸਿੱਧੀਆਂ ਡਾਇਰੈਕਟ ਗੱਲਾਂ ਆਉਂਦੀਆਂ ਤੇ ਮੈਂ ਮੁਰਸ਼ਦ ਦੇ ਕੋਲੋਂ ਕੀ ਲੈਣਾ? ਗੌਂਸ ਪਾਤਸ਼ਾਹ ਨੇ ਕੰਨਾਂ ਨੂੰ ਹੱਥ ਲਾ ਕੇ ਕਹਿੰਦੇ ਪੁੱਤਰ ਇਹ ਜਿਹੜੀ ਮੈਂ ਚਾਬੀ ਆ ਗੁਰੂ ਦੇ ਹੱਥ ਮੁਰਸ਼ਦ ਦੇ ਹੱਥ ਜਿਹੜੇ ਤੱਕ ਗੁਰੂ ਨੇ ਚਾਬੀ ਲਾਈ ਨਹੀਂ ਇਹ ਤਾਲਾ ਖੁੱਲਣਾ ਨਹੀਂ ਤੇ ਤੇਰੀਆਂ ਮੇਰੇ ਡਾਇਰੈਕਟ ਗੱਲਾਂ ਨਹੀਂ ਆਉਣੀਆਂ, ਭਾਵੇਂ ਸਾਰਾ ਆਪਣੇ ਆਪ ਹੀ ਧੰਨ ਲਟਾ ਦੇ, ਤੇਰੀ ਗੱਲ ਨਹੀਂ ਬਣੀ। ਕਹਿੰਦੀ ਸਰਕਾਰ ਹੁਣ ਫਿਰ ਕਹਿੰਦੇ ਕਿ ਗੁਰੂ ਲੱਭ, ਆਪਣਾ ਮੁਰਸ਼ਦ ਕਾਮਲ ਮੁਰਸ਼ਦ ਲੱਭ। ਉਹ ਔਰਤ ਜਾ ਕੇ ਤੇਰੇ ਪੱਤੇ ਦੇਖਦੀ, ਤੁਹਾਡੇ ਵਰਗਾ ਮੁਰਸ਼ਦ ਗੁਰੂ ਦੇਖਿਆ ਤੇ ਚਰਨਾਂ ਦੇ ਸਿਰ ਰੱਖ ਦਿੱਤਾ, ਰੋ ਰੋ ਕੇ ਸਰਕਾਰ ਦੇ ਚਰਨ ਧੋ ਦਿੱਤੇ। ਸਰਕਾਰ ਕਹਿੰਦੇ ਪੁੱਤਰ ਰੋਣ ਕਿਉਂ ਨਹੀਂ ਹੈ? ਕਹਿੰਦੇ ਮਹਾਰਾਜ ਮੈਂ ਬਰਬਾਦ ਹੋ ਗਈ, ਮੈਂ ਉਜੜ ਗਈ। ਸਰਕਾਰ ਕਹਿੰਦੇ ਚਾਹੀਦਾ ਕੀ? ਕਹਿੰਦੇ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਨਾਮ ਸ਼ਬਦ ਚਾਹੀਦਾ, ਮੈਨੂੰ ਮੁਰਸ਼ਦ ਵਾਲੀ ਗੱਲ। ਮੰਮੀ ਕਿਸੇ ਨੂੰ ਦੱਸ ਸਕਾਂਗੇ ਮੇਰਾ ਮੁਰਸ਼ਦ, ਮੇਰਾ ਕਸਮ, ਮੇਰਾ ਯਾਰ ਹੈਗਾ। ਸਰਕਾਰ ਬਜਟ ਦੇ ਵਿੱਚ ਆਏ ਸੀ, ਹੱਥਾਂ 'ਚ ਹੱਥ ਲਾਇਓ ਸੀ, ਔਰਤ ਦੇ ਹੱਥਾਂ 'ਚ ਹੱਥ ਲੈ ਕੇ ਗੁਰੂ ਵਾਲੀ ਕਰ ਦਿੱਤਾ, ਕੰਨ 'ਚ ਫੂਕ ਮਾਰ ਦਿੱਤੀ ਤੇ ਨਾਮ ਸ਼ਬਦ ਦੇ ਦਿੱਤਾ ਤੇ ਹੁਕਮ ਲਾ ਤਾ ਪੁੱਤਰ ਆ ਘਰ ਦੇ ਵਿੱਚ ਜਾਂਦੀ ਜਾਂਦੀ ਨੇ, ਹੋਰ ਕੁਛ ਸੋਚਣਾ ਨਹੀਂ, ਵਿਚਾਰਨਾ ਨਹੀਂ, ਕਰਨਾ ਨਹੀਂ, ਬਸ ਬਸ ਨਾਮ ਸ਼ਬਦ ਪੜ੍ਹਦੀ ਜਾ, ਘਰ ਜਾਣ ਤੋਂ ਪਹਿਲਾਂ ਤੇਰੇ ਘਰੇ ਖੁਸ਼ੀਆਂ ਦੇ ਮੀਂਹ ਵਰਸ ਜਾਣੇ ਆ। ਉਹ ਔਰਤ ਨਾਮ ਸ਼ਬਦ ਰਿਆ ਤੇ ਤੁਰੀ ਜਾ ਰਹੀ, ਨਾਮ ਸ਼ਬਦ ਜਪਦੀ 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 ਤੁਰੀ ਜਾ ਰਹੀ, ਆਪਣੇ ਘਰ ਦਾ ਦਰਵਾਜ਼ਾ ਖੋਲਿਆ ਤੇ ਕੀ ਵੇਖਿਆ ਭਲਾ? ਜਿਹੜਾ 12 ਸਾਲਾਂ ਦਾ ਬੱਚਾ ਮੰਜੇ ਤੇ ਬਿਮਾਰ ਡਿੱਗਾ ਸੀ, ਉੱਠ ਕੇ ਖੇਡ ਪਿਆ, ਤੇਰੀ ਤਾਲੀ ਮੰਗ ਦੋ। 12 ਸਾਲਾਂ ਦਾ ਜਿਹੜਾ ਬੱਚਾ ਮੰਜੇ ਤੇ ਬਿਮਾਰ ਡਿੱਗਾ ਸੀ ਨਾ, ਉੱਠ ਕੇ ਖੇਡ ਪਿਆ,
और तो खुशी दे बच्चे रोई जाती है कि मैं पहला क्यों नहीं गुरु आती हुई उपर गलियां दे बच्चे रो रो के ओ कह दे दिया कि गुरु तो बिना ना चराग जगाओ गुरुआं तो बिना ना जोता जगाओ गुरुआं तो बिना चारों पति ना करो ये मंजूर नहीं होंगे और तो रो रो के बलाकी जेनिया बिच मंजूरी नहीं के ओनू धोनी जहानी तके जेनिया मुर्शिद नू मंजूर नहीं ओनू इत्थे भी तके वज दे अगले जमान च भी तके वज दे कादा मानी बाद दुवाला ते कई सजदे कर कर साईं जी कईयां दी ना सारी उम्र लंघ जांदी चराग जगाउंदियां दी झाड़ू पोचे करदियां दी गल नहीं बणदी ते कई पहले वीरवार जाण के सारा कुछ लुट के घरे बह जांदे आ ਲੋਕੀ ਰੱਬ ਨੂੰ ਵੀ ਵੇਚ ਕੇ ਖਾਣਾ ਮੂੰਹ ਤੇ ਹੱਸ ਹੱਸ ਜਿਹੜੇ ਕਰਨ ਗੱਲਾਂ ਉਹ ਪਿੱਛੋਂ ਪਿੱਠ ਤੇ ਵਾਰ ਚਲਾ ਜਾਂਦੇ ਉਹ ਯਾਰ ਦੀਵਾਨੇ ਜੇ ਰੱਬ ਨੇ ਜਦੀ ਕੋਲ ਹੈ ਲੋਕੀ ਰੱਬ ਨੂੰ ਵੇਚ ਕੇ ਖਾਣਾ ਮੁਰਸ਼ਦ ਗੁਰੂ ਫੋਨ ਕਰਦਾ ਨਾ ਪੁੱਤਰ ਕਿੱਥੇ ਆ ਰਹੇ ਬੈਠਾ ਭਵਨ ਚੇਲਾ ਕਰੇਗੇ ਤੇ ਕਹਿੰਦੇ ਕਿ ਸਰਕਾਰ ਆ ਗਿਆ ਤੁਹਾਡੇ ਕੋਲ ਸਰਕਾਰ ਨੂੰ ਝੂਠ ਮਾਰਨਾ ਸਰਕਾਰ ਦੀ ਜ਼ੁਬਾਨ ਦੇ ਪੈਰ ਰੱਖਣ ਦੀ ਬੜਾ ਬੁਰਾ ਇੱਕ ਵਾਰੀ ਸਰਕਾਰ ਮੁਰਸ਼ਦ ਗੁਰੂ ਮਹਿਫਲ ਦੇ ਵਿੱਚ ਬੈਠੇ ਤੇ ਆਪਣੇ ਚੇਲੇ ਨੂੰ ਬੋਲਿਆ ਉਹ ਪੁੱਤ ਇੱਧਰ ਆ ਮੇਰੇ ਆਸਣ ਤੇ ਬਹਿ ਕਹਿੰਦੇ ਨਹੀਂ ਨਹੀਂ ਸਰਕਾਰ ਮੈਂ ਤੁਹਾਡੇ ਆਸਣ ਤੇ ਨਹੀਂ ਬਹਿ ਸਕਦਾ ਮਹਿਫਲ ਭਰੀ ਸੀ ਸਰਕਾਰ ਨੇ ਫਿਰ ਕਹਿਤਾ ਉਹ ਮੈਂ ਤੈਨੂੰ ਬੋਲ ਰਿਹਾ ਮੇਰੇ ਆਪੇ ਬਰੋਬਰ ਤੇ ਬਹਿ ਮੇਰੇ ਆਣ ਨਾਲ ਲੱਗ ਗਿਆ ਕਹਿੰਦਾ ਨਹੀਂ ਸਾਈਂ ਜੀ ਮੈਂ ਤੀਜੀ ਵਾਰੀ ਫਿਰ ਬੋਲ ਦਿੱਤਾ ਉਹ ਪੁੱਤਰ ਮੈਂ ਤੈਨੂੰ ਕਹਿ ਰਿਹਾ ਮੇਰੇ ਆਸਣ ਤੇ ਆਣ ਕੇ ਬਹਿ ਕਹਿੰਦਾ ਨਹੀਂ ਸਰਕਾਰ ਕਹਿੰਦੇ ਕਿਉਂ ਕਹਿੰਦਾ ਸਰਕਾਰ ਮੈਂ ਤੁਹਾਡੀ ਬਰੋਬਰ ਤੇ ਨਹੀਂ ਬਹਿ ਸਕਦਾ ਤੇ ਮੁਰਸ਼ਿਦ ਕਹਿੰਦਾ ਪਾਗਲਾ ਤਿੰਨ ਵਾਰੀ ਮੇਰੀ ਜ਼ੁਬਾਨ ਤੇ ਬਹਿ ਗਿਆ ਤੇ ਕਹਿੰਦੇ ਆਸਣ ਤੇ ਬਹਿਣ ਦੀ ਮੈਂ ਦੂਰ ਦੀ ਗੱਲ ਨਹੀਂ ਕਦੀ ਗੁਰੂ ਨੂੰ ਕਦੀ ਮੁਰਸ਼ਿਦ ਨੂੰ ਝੂਠ ਨਾ ਮਾਰੋ ਨਾ ਨਾ ਕਰੋ ਗੁਰੂ ਨੂੰ ਨਾ ਕਰਨੀ ਗੁਰੂ ਨੂੰ ਝੂਠ ਮਾਰਨਾ ਗੁਰੂ ਦੀ ਜ਼ੁਬਾਨ ਤੇ ਪੈਰ ਰੱਖਣ ਦੀ ਬੜਾ ਪਰੰਦਾ ਹੈ ਸਰਕਾਰ ਬਾਬਾ ਭੁੱਲੇ ਸ਼ਾਹ ਜੀ ਨੇ ਲਿਖਿਆ ਹੈ ਜੇ ਤੂੰ ਰੱਬ ਨੂੰ ਮਨਾਉਣਾ ਤੇ ਪਹਿਲੇ ਯਾਰ ਨੂੰ ਮਨਾ ਉਹ ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਆਉਂਦਾ ਹੈ ਕਹਿੰਦੇ ਜਿਹੜਾ ਤੇਰੇ ਸਾਹਮਣੇ ਬੈਠਾ ਹੋ ਤਾਂ ਤੂੰ ਮੰਨਣ ਵੀ ਆ ਗੌਸ ਪਾਕ ਮੁਰਾਦ ਚਾ ਲਾਲਾ ਵਾਲੀ ਸਰਕਾਰ ਮੌਲਾ ਵਾਲੀ ਸਰਕਾਰ ਉਹ ਪਾਗਲਾ ਉਹਦੇ ਤੈਨੂੰ ਦੇਖੇ ਨਹੀਂ ਰਿਹਾ ਉਹਨੇ ਤੇ ਦਿਸਣਾ ਤੈਨੂੰ ਮੁਰਸ਼ਿਦ ਦੇ ਵਿੱਚੋਂ ਤੇ ਤੂੰ ਕਿੱਥੋਂ ਲੱਭਦਾ ਫਿਰਦਾ ਸਰਕਾਰ ਬਾਬਾ ਬੁੱਲੇ ਸ਼ਾਹ ਜੀ ਨੂੰ ਪੜ੍ਹ ਕੇ ਤੇ ਦੇਖਿਓ ਜਿਹਨਾਂ ਦੇ ਚਿਰਾਗ ਲਗਾਉਣੇ ਆ ਉਹਨਾਂ ਨੇ ਲਿਖਿਆ ਓਏ ਪਾਗਲਾ ਪਹਿਲਾਂ ਪਤਾ ਕਰ ਤੂੰ ਰੱਬ ਕਿੱਥੇ ਰਹਿੰਦਾ ਤੇ ਇੱਟਾਂ ਵੱਟੇ ਫੇਰ ਪੁੱਛ ਲਈ ਵੀ ਹੱਦ ਕਦੋਂ ਹੱਦ ਵਿੱਚ ਰਹਿੰਦਾ ਤੂੰ ਇੱਟਾਂ ਵੱਟੇ ਫੇਰ ਪੁੱਛ ਲਈ ਕਈ ਮੇਰੀਆਂ ਭੈਣਾਂ ਕਈਆਂ ਬਜ਼ੁਰਗਾਂ ਨੇ ਚਿਰਾਗ ਜਗਾਏ ਹੁੰਦੇ ਛੋਟਾ ਜਿਹਾ ਆਲਾ ਬਣਾ ਹੁੰਦਾ ਤੇ ਜੇ ਕੋਈ ਪੁੱਛਦਾ ਨਾ ਤੇਰਾ ਰੱਬ ਕਿੱਥੇ ਆ ਤੇ ਉਹ ਆਲੇ ਵੱਲ ਨੂੰ ਹੱਥ ਕਰ ਦੇਣਗੇ ਮੇਰਾ ਰੱਬ ਤੇ ਉਹ ਆਲੇ ਵਿੱਚ ਬੈਠਾ ਉਹ ਸਾਡਾ ਪੰਜਾਂ ਸੱਤਾਂ ਕਮਰੇ 'ਚ ਗੁਜ਼ਾਰਾ ਨਹੀਂ ਹੋ ਰਿਹਾ ਤੇ ਤੁਸੀਂ ਆਪਣੇ ਲੱਤ ਦਾ ਤੇ ਆਪਣੇ ਗੌਸ ਪਾਕ ਨੂੰ ਮੋੜ ਵਾਲੀ ਸਰਕਾਰ ਨੂੰ ਇੰਨਾ ਨਿੱਕਾ ਜਿਹਾ ਸਮਝ ਕੇ ਆਲੇ ਦੇ ਵਿੱਚ ਕਰਦੇ ਆਪਾਂ ਵੀ ਕਿਤੇ ਨਾ ਕਿਤੇ ਰਹਿ ਕੇ ਦੇਖੀ ਉਹ ਆਲੇ ਦੇ ਵਿੱਚ ਰਹਿ ਸਕਦੇ ਹਾਂ ਮੁਰਸ਼ਦ ਦੇ ਵਿੱਚ ਰੱਬ ਆ ਮੁਰਸ਼ਦ ਦੇ ਵਿੱਚ ਮੌਲਾ ਵਾਲੀ ਸਰਕਾਰ ਮੁਰਸ਼ਦ ਦੇ ਵਿੱਚ ਗੌਸਲੇ ਆਦਮੀ ਸਰਕਾਰ ਮੁਰਸ਼ਦ ਦੇ ਵਿੱਚ ਲਾਲਾ ਵਾਲੀ ਸਰਕਾਰ ਉਹ ਤਾਂ ਜਿੰਨੇ ਮਰਜ਼ੀ ਸਾਡੇ ਦਾਦੇ ਪੜਦਾਦੇ ਵਿੱਚ ਰਾਗ ਜਗਾਉਂਦੇ ਜਗਾਉਂਦੇ ਮਰ ਗਏ ਤੇ ਮਰ ਅਸੀਂ ਵੀ ਜਾਣਾ ਤੇਰੇ ਇਸ਼ਕ ਨੇ ਲਾਈ ਹੈ ਅੱਗ ਜਿਹੜੀ
इस लगी हुई अग दी नजर रख लिया तेरे नाम वाली सिर ते पग जेड़ी इस बद्दी हुई पग दी नजर रख लिया तने तेरा गुलाम नहीं सहन जोगा कहना सरकार ओ मेरे खसमा जूंदे जी पग मन को झूठा कही जावे भावे कोई कोई जब लटेरा ते भावे कोई माड़ा कही जावे पर मरण तो बाद मन तेरा कहण ते मना फिर ही तेरा हो के मरया मरण तो बाद एहो कहण कि तेरा हो के मरया ओए मौला मेनू नु घर चाहिदा ओ तेरे रोजे दी शान चाहिदी ओ तेरे रोजे दी एक नुकरे मेनू थोड़ी जी थां चाहिदी तेरे कलमे गावन नू मैनू मिठी जबान चाहिदी पर मौला मैनू नहीं घर चाहिदा तेरे रोजे दी शान चाहिदी देखिया किन्ने किन्ने लोगों ने महल उसारे सौ सौ मंजलियां कोठियां बनाईया आ पिछे जे हाड़ा है ना ते रुड़दे फिरदा ही पानी दे विच रब की बंदगी तो सिवाय कुछ नहीं जनाल जाता मर्श की सेवा कर लो वाहेगुरु का नाम जप लो मां का नाम जप लो सियाने बुजुर्गों का कहना की कहना पिछले समय एक मां होंदी सी एक मां दे सत पुत्र होंदे सी सत्तां पुत्रां दीआं सत बोटियां ते सत्तां बोटियां दे गाड़ी न्याणे ते चुल्हा इक होंदा सीगा रोटी वास्ते ਜਦੋਂ ਆਈ ਵਾਰੀ ਸਭ ਨੇ ਤੁਰ ਜਾਣਾ ਇੱਥੇ ਬੈਠ ਕਿਸੇ ਨੇ ਰਹਿਣਾ ਨਹੀਂ ਉਹ ਜਦੋਂ ਮਰ ਗਈ ਸੱਜਣਾ ਮਾਂ ਤੇਰੀ ਉਹ ਤੈਨੂੰ ਪੁੱਤ ਕਿਸੇ ਨੇ ਕਹਿਣਾ असली जिहड़ा रब आ ओ मां जे मां कभी बुजुर्ग नहीं हो सकती मां दे बालां च कभी तौले नहीं आ सकदे मां नूं कभी बुखार नहीं चढ़ सकदा जिस मां नूं ओहदे बच्चे दा पूरा प्यार पैदा होवे पर बच्चे प्यार करदे नहीं जो मां तेरे सामने जोंदी जागदी तुरी फिरदी है ना मां नूं पानी दी लोड़ कदी पानी नहीं पुछिया पागला मां नूं रोटी दी लोड़ कदी रोटी नहीं पुछी पागला मां मैं जिते बीमार पई कदी दवाई नहीं लैके दित्ती जदों जांदी है ना मां मर मंजियां दे पावे फट फट रोना पखंड बाजियां लोग वखाला है मड़ियां ते जाके बीबे पालणे मां दे मरण तों बाद लंगर लाउणे लोग वखाला है इस लगी हुई अग दी नजर रख ओ तेरे नाम वाली सिर ते पग जेड़ी इस बद्दी हुई पग दी नजर रख ताने तेरा गुलाम नहीं सहन जोगा ओ मेरे खसमा ताने तेरा गुलाम नहीं सहन जोगा अपने बूए ते दर दी लद रख ये तेरे नाम वाली सिर ते पग जेड़ी की नीम दस दी।